ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਦੁਏ ਕਰ ਜੋੜ ਕਰੀ ਅਰਦਾਸ, ਤੁਧ ਭਾਵੇ ਤਾਣ ਰਾਸ, ਤੂੰ ਸਮਰੱਥ ਅਕਥ ਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਅੰਤਾ ਸੁਖ ਰਾਸ, ਤਾ ਕੋ ਬਿਗਨਾ ਕੋ ਲਾਗੇ ਜਾ ਕੇ ਪ੍ਰਭ ਅੱਗੇ ਅਰਦਾਸ। ਧੰਨ ਧੰਨ ਬਾਬਾ ਗੁਰ ਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਾਰ ਮੰਗਿਆ ਸੋਏ ਦਿੱਤਾ। ਧੰਨ ਧੰਨ ਸੋਢੀ ਪਾਤਸ਼ਾਹ ਬਾਬਾ ਵਡਭਾਗ ਸਿੰਘ ਜੀ, ਧੰਨ ਧੰਨ ਬੀਬੀ ਭਾਨੀ ਜੀ, ਧੰਨ ਧੰਨ ਬਾਬਾ ਨਾਰ ਸਿੰਘ ਜੀ, ਆਪ ਜੀ ਦੇ ਪਵਿੱਤਰ ਦਰਬਾਰ ਤੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਲੈ ਕੇ ਪਾਠ ਕੀਤਾ ਅਖਰਵਾਦਾ ਘਾਟਾ ਪੁਲ ਚੁੱਕ ਮਾਫ ਕਰਨਾ ਸੋਢੀ ਪਾਤਸ਼ਾਹ, ਆਪ ਜੀ ਦੇ ਗੁਰਮੰਤਰ ਓਟ ਓਟ ਗੁਰੂ ਨਾਨਕ ਤੇਰੀ ਓਟ, ਨਾਨਕ ਤਪਾ ਕੋਲ ਵੱਧ ਬੜਾ ਦਫਾ, ਲੋਹੇ ਕਾ ਕੋਟ ਜਫਰ ਕਾ ਤਾਲਾ, ਲਖਾਂ ਲਖਾਂ ਕੋਹਾਂ ਦਾ ਬਾਬਾ ਵਡਭਾਗ ਸਿੰਘ ਰਖਵਾਲਾ। ਤਨ ਪਰ ਧੋਤੀ ਮਨ ਪਰ ਮਾਲਾ, ਆਸਨ ਬੈਠੇ ਗੁਰੂ ਗੋਬਿੰਦ ਬਾਲਾ, ਆਸਨ ਛੋੜ ਸਿਘਾਸਨ ਬੈਠੇ ਬੈਠੇ, ਗੁਰ ਕੀ ਛਾਇਆ ਜੋ ਜਾਣੇ ਆਸਨ ਕਾ ਜਾ ਤਨਕੇ ਮੁਖੋ ਚੜਨਗੇ ਪਾਪ, ਜੋ ਨਾ ਜਾਣੇ ਆਸਨ ਕਾ ਜਾ ਤਨਕੇ ਮੁਖ ਲੱਗਣਗੇ ਪਾਪ, ਹੀ ਅਮਰੇ ਬਾਬਾ ਵਡਭਾਗ ਸਿੰਘ ਰੱਖ ਲਾਏ, ਕਰੀ ਨਾ ਕਿਸੇ ਦੇ ਮਥਾਏ ਮਥਾਏ ਕਰੀ ਆਪਣੇ। ਅਤੇ ਬਾਬਾ ਨਾਰ ਸਿੰਘ ਜੀ ਦਾ ਗੁਰਮੰਤਰ, ਸਮੈਲ ਜੋਗੀ ਸਮੈਲ ਜੋਗੀ, ਬੀਜੀ ਵਾੜੀ ਇੱਕ ਫੁੱਲ ਵਸੇ, ਇੱਕ ਫੁੱਲ ਵਸੇ, ਫੁੱਲ ਤੋੜੇ ਲੂਣਾ ਚ ਮਾਰੀ, ਫੁੱਲਾਂ ਦੀ ਆਵੇ ਵਾਸ਼ਨਾ ਚ ਵਸੇ, ਨਾਰ ਸਿੰਘ ਵੀਰ ਘਰ ਛੱਡੇ ਬਾਰ, ਛੱਡੇ ਛੱਡੇ ਸਰਦਾ ਸਾਈ, ਨਾ ਬੈਠਾ ਸੁੱਖ ਨਾ ਫਲੋਤਾ ਸੁੱਖ, ਤਾਂ ਸੁੱਖ ਲੱਗੇ ਜਾਂ ਮੇਰੇ ਮੁੱਖ ਲੱਗੇ, ਚੱਲੇ ਮੰਤਰ ਫੁਰੇ ਵਾਚਾ, ਦੇਖਾ ਨਾਰ ਸਿੰਘ ਵੀਰ ਤੇਰੀ ਹਾਜ਼ਰੀ ਦਾ ਤਮਾਸ਼ਾ। ਸੋਢੀ ਪਾਤਸ਼ਾਹ ਨਾ ਗੁਰਮੰਤਰਾਂ ਦੇ ਪਾਠ ਕੀਤੇ ਅਖਰਵਾਦ ਦਾ ਘਾਟਾ ਪੁੱਲ ਚੁੱਕ ਮਾਫ ਕਰਨਾ ਬਾਬਾ ਜੀ। ਸੋਮਵਾਰ ਦਾ ਦਿਹਾੜਾ ਜਾਣ ਕੇ ਸੱਚੇ ਪਾਤਸ਼ਾਹ ਆਪ ਜੀ ਦੇ ਦਰਬਾਰ ਤੇ ਸੋਢੀ ਪਾਤਸ਼ਾਹ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਇਟਲੀ ਤੋਂ ਮਾਰਾ ਸੱਚੇ ਪਾਤਸ਼ਾਹ, ਉਹਨਾਂ ਵੱਲੋਂ 2.5 ਮਹੀਨੇ ਦੀ ਜੋਤ ਲਗਾਈ ਗਈ ਹੈ ਸੱਚੇ ਪਾਤਸ਼ਾਹ। 10 ਜੁਲਾਈ ਸੋਮਵਾਰ ਤੋਂ ਲੈ ਕੇ 26 ਅਗਸਤ ਸੋਮਵਾਰ ਤੱਕ ਸੱਚੇ ਪਾਤਸ਼ਾਹ ਉਹਨਾਂ ਦੇ ਨਾਂ ਦੀ ਜੋਤ ਲਗਾਵਾਂਗੇ। ਸੱਚੇ ਪਾਤਸ਼ਾਹ ਕਿਰਪਾ ਕਰਨੀ ਭਾਈ ਹਰਵਿੰਦਰ ਸਿੰਘ ਇਟਲੀ, ਉਹਨਾਂ ਦੇ ਜੋ ਵੀ ਕਾਰਜ ਨਹੀਂ ਹੋ ਰਿਹਾ ਸੱਚੇ ਪਾਤਸ਼ਾਹ, ਉਹ ਕਾਰਜ ਹੋਣ ਸੱਚੇ ਪਾਤਸ਼ਾਹ। ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਸੋਢੀ ਪਾਤਸ਼ਾਹ ਆਪ ਜੀ ਦੇ ਦਰਬਾਰ ਤੇ ਬਾਬਾ ਨਾਰ ਸਿੰਘ ਜੀ ਦਾ ਹਮਨ ਕਰਾਇਆ ਜਾਏਗਾ ਤੇ ਆਪ ਜੀ ਦੇ ਸਾਰੇ ਸਮੱਗਰੀ ਆਪ ਜੀ ਦੇ ਦਰਬਾਰ ਤੇ ਚੜ੍ਹਾ ਕੇ ਆਵਾਂਗੇ। ਸੋਢੀ ਪਾਤਸ਼ਾਹ ਕਿਰਪਾ ਕਰੋ ਤੇ ਭਾਈ ਹਰਵਿੰਦਰ ਸਿੰਘ ਦੀਆਂ ਮਨੋਕਾਮਨਾ ਪੂਰੀਆਂ ਕਰੋ ਸੱਚੇ ਪਾਤਸ਼ਾਹ। ਸੋਢੀ ਪਾਤਸ਼ਾਹ ਵੀਰ ਬੱਬੂ ਮਹਿਮਾ ਪੰਡੋਰੀ ਤੋਂ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਵੱਲੋਂ ਵੀ ਅਰਦਾਸਾਂ ਆਈਆਂ, ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ, ਚੜ੍ਹਦੀਆਂ ਕਲਾ ਕਰੋ। ਉਹਨਾਂ ਨੇ ਦੁਕਾਨ ਪਾਉਣੀ ਆ ਸੱਚੇ ਪਾਤਸ਼ਾਹ, ਵਧੀਆ ਵਧੀਆ ਦੁਕਾਨ ਚੱਲੇ, ਜਿਹੜੀ ਤੁਸੀਂ ਉਹਨਾਂ ਨੂੰ ਗੱਡੀ ਦੀ ਬਖਸ਼ਿਸ਼ ਕੀਤੀ ਉਹ ਗੱਡੀ ਵੀ ਵਧੀਆ ਵਧੀਆ ਚੱਲੇ, ਘਰ ਵਿੱਚ ਸੁੱਖ ਸ਼ਾਂਤੀ ਰੱਖਣੀ, ਚੜ੍ਹਦੀਆਂ ਕਲਾ ਕਰਨੀਆਂ, ਕਿਰਪਾ ਕਰਨੀ ਬਾਬਾ ਜੀ। ਸੋਢੀ ਪਾਤਸ਼ਾਹ ਭਾਈ ਬਾਰੂ ਸਿੰਘ ਪਿੰਡ ਹਰਿਆਊ ਤੋਂ ਮਹਾਰਾਜ ਸੱਚੇ ਪਾਤਸ਼ਾਹ, ਜੋ ਕਿ ਉਹਨਾਂ ਦੇ ਨਾਂ ਤੇ ਭੈਣ ਜੀ ਨੇ ਅਰਦਾਸ ਕਰਾਈ ਕਿ ਨਸ਼ੇ ਪੱਤੇ ਬਹੁਤ ਕਰਦੇ ਬਾਬਾ ਜੀ, ਕਿਰਪਾ ਕਰੋ ਤੇ ਵੀਰ ਨਸ਼ੇ ਪੱਤੇ ਛੱਡ ਜਾਵੇ ਸੋਢੀ ਪਾਤਸ਼ਾਹ, ਤੁਹਾਡੇ ਘਰ 'ਚ ਕੋਈ ਘਾਟਾ ਨਹੀਂ ਬਾਬਾ ਜੀ। ਸੋਢੀ ਪਾਤਸ਼ਾਹ ਵੀਰ ਜਗਦੇਵ ਸਿੰਘ ਮਲੇਸ਼ੀਆ ਤੋਂ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਤੁਸੀਂ ਪੁੱਤਰ ਦੀ ਦਾਤ ਬਖਸ਼ੀ ਆ ਸੱਚੇ ਪਾਤਸ਼ਾਹ, ਤੇ ਉਹਨਾਂ ਵੱਲੋਂ ਆਪ ਜੀ ਦੇ ਦਰਬਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਬਸਤਰ, ਆਪ ਜੀ ਦਾ ਪ੍ਰਸ਼ਾਦ, ਸਾਰਾ ਕੁਝ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਾ ਕੇ ਆਏ ਆ ਤੇ ਬੱਚੇ ਨੂੰ ਤੰਦਰੁਸਤੀਆਂ ਬਖਸ਼ੋ ਸੋਢੀ ਪਾਤਸ਼ਾਹ, ਕਿਰਪਾ ਕਰੋ। ਬਾਕੀ ਵੀ ਜੋ ਤੁਹਾਡੀਆਂ ਸੁੱਖਣਾ ਰਹਿੰਦੀਆਂ ਉਹ ਵੀ ਜਲਦੀ ਉਤਾਰ ਦੇਣਗੇ ਸੱਚੇ ਪਾਤਸ਼ਾਹ, ਕਿਰਪਾ ਕਰੋ, ਮਿਹਰਾਂ ਭਰਿਆ ਹੱਥ ਰੱਖੋ ਸੋਢੀ ਪਾਤਸ਼ਾਹ। ਸੋਢੀ ਪਾਤਸ਼ਾਹ ਭੈਣ ਜੀ ਨੇਹਾ ਜੀ ਫਾਜ਼ਿਲਕੇ ਤੋਂ ਮਹਾਰਾਜ ਸੱਚੇ ਪਾਤਸ਼ਾਹ,
ਘਰ ਵਿੱਚ ਸੁੱਖ ਸ਼ਾਂਤੀ ਰੱਖਣੀ, ਚੜ੍ਹਦੀਆਂ ਕਲਾ ਕਰਨੀਆਂ ਕਿਰਪਾ ਕਰਨੀ। ਤੁਹਾਡੇ ਪਾਤਸ਼ਾਹ ਸੁਖਵਿੰਦਰ ਸਿੰਘ ਜੀ ਮੰਡੀ ਗੋਬਿੰਦਗੜ੍ਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸਾਂ ਕਰਾਉਂਦੇ ਆ, ਮਨੋਕਾਮਨਾ ਪੂਰੀਆਂ ਕਰੋ, ਚੜ੍ਹਦੀਆਂ ਕਲਾ ਕਰੋ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ ਅਤੇ ਉਹਨਾਂ ਨੂੰ ਜਿਹੜੀ ਤੁਸੀਂ ਗੱਡੀ ਦਿੱਤੀ ਵਧੀਆ ਵਧੀਆ ਚੱਲੇ। ਤੁਹਾਡੀ ਪਾਤਸ਼ਾਹ ਕਿਰਪਾ ਕਰੋ, ਤੁਹਾਡੇ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਹਰਮਨ ਸਿੰਘ ਦੀਨਪੁਰ ਤੋਂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਾਉਂਦੇ ਆ ਕਿ ਉਹਨਾਂ ਦੀ ਭੈਣ ਨੂੰ ਨੌਕਰੀ ਮਿਲ ਜਾਵੇ, ਬਾਬਾ ਜੀ ਕਿਰਪਾ ਕਰ ਦਿਓ, ਚੜ੍ਹਦੀਆਂ ਕਲਾ ਕਰ ਦਿਓ। ਨਿਸ਼ਾਨ ਸਿੰਘ ਗ੍ਰੰਥੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਿੰਡ ਗੁੱਜਰਪੁਰੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੋਹਣਾ ਜਿਹਾ ਘਰ ਬਖਸ਼ੋ, ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ। ਮਨਪ੍ਰੀਤ ਕੌਰ ਗਿੱਲ ਕਨੇਡਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਕਰਨੀਆਂ। ਕਮਲ ਦਾਸ ਹਿਮਾਚਲ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ 'ਤੇ ਵੀ ਮੇਰਾ ਬਰਿਆਤ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ, ਕਿਰਪਾ ਕਰਨੀਆਂ। ਜਨਕ ਰਾਜ ਤਾਏ ਲਹਿਰਾ ਗਾਗਾ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਦੇਹ ਨੂੰ ਤੰਦਰੁਸਤੀਆਂ ਬਖਸ਼ਣੀਆਂ, ਕਿਰਪਾ ਕਰਨੀ। ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਾਰੇ ਜਨਕ ਪਰਿਵਾਰ 'ਤੇ ਮੇਰਾ ਬਰਿਆਤ ਰੱਖਣਾ ਮਹਾਰਾਜ ਸੱਚੇ ਪਾਤਸ਼ਾਹ। ਗੋਲਡੀ ਮੁਗਲਾਨੀ ਨਰਵਾਣਾ ਹਰਿਆਣਾ ਤੋਂ ਉਹਨਾਂ 'ਤੇ ਵੀ ਮੇਰਾ ਬਰਿਆਤ ਰੱਖਣਾ। ਸੰਦੀਪ ਸਿੰਘ ਯੂਪੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ 'ਤੇ ਮੇਰਾ ਬਰਿਆਤ ਰੱਖਣਾ, ਚੜ੍ਹਦੀਆਂ ਕਲਾ ਕਰਨੀਆਂ। ਤੁਹਾਡੀ ਪਾਤਸ਼ਾਹ ਬਲਦੇਵ ਸਿੰਘ ਸਾਨੋ ਬੂਟਾ ਸਿੰਘ ਰਾਮਪੁਰਾ ਫੂਲ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਨਾਂ 'ਤੇ ਅਰਦਾਸਾਂ ਆਈਆਂ ਕਿ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਤੁਹਾਡੀ ਪਾਤਸ਼ਾਹ ਬਾਬਾ ਜੀ ਕਿਰਪਾ ਕਰੋ। ਗੁਰਤੇਜ ਸਿੰਘ ਰਾਏਕੋਟ ਤੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਘਰ ਵਿੱਚ ਬਰਕਤ ਪੈ ਜਾਵੇ, ਬਾਬਾ ਜੀ ਕਿਰਪਾ ਕਰ ਦਿਓ। ਤੁਹਾਡੀ ਪਾਤਸ਼ਾਹ ਜੱਗਾ ਵੀਰ ਅਰਦਾਸਾਂ ਕਰਦੇ ਆ ਕਿ ਉਹਨਾਂ ਦਾ ਲੈਂਟਰ ਪੈ ਜਾਵੇ। ਤੁਹਾਡੀ ਪਾਤਸ਼ਾਹ ਗੁਰਪ੍ਰੀਤ ਕੌਰ ਗੁੱਜਰਪੁਰੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ 'ਤੇ ਵੀ ਮੇਰਾ ਬਰਿਆਤ ਰੱਖੋ। ਤੁਹਾਡੀ ਪਾਤਸ਼ਾਹ ਬੂਟਾ ਸਿੰਘ ਅਫਜ਼ਲਗੜ੍ਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਤੰਦਰੁਸਤੀ ਬਖਸ਼ੋ, ਕਿਰਪਾ ਕਰੋ। ਤੁਹਾਡੀ ਪਾਤਸ਼ਾਹ ਡਾਕਟਰ ਸਤਪਾਲ ਸਿੰਘ ਸੋਢੀ ਤਰਾਵੜੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ 'ਤੇ ਮੇਰਾ ਬਰਿਆਤ ਰੱਖੋ, ਚੜ੍ਹਦੀਆਂ ਕਲਾ ਕਰੋ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੋ। ਤੁਹਾਡੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ, ਉਹਨਾਂ ਦਾ ਕਾਰੋਬਾਰ ਵਧੀਆ ਚੱਲੇ ਸੱਚੇ ਪਾਤਸ਼ਾਹ। ਤੁਹਾਡੀ ਪਾਤਸ਼ਾਹ ਬਾਬਾ ਕੁਲਵਿੰਦਰ ਸਿੰਘ ਯੂਕੇ ਵਾਲੇ BVS ਦਰਬਾਰ ਦੇ ਸੇਵਾਦਾਰ, ਉਹਨਾਂ 'ਤੇ ਮੇਰਾ ਬਰਿਆਤ ਰੱਖਣਾ ਸੱਚੇ ਪਾਤਸ਼ਾਹ। ਬਾਬਾ ਜੀ ਆਪ ਜੀ ਦੇ ਦਰਬਾਰ 'ਤੇ ਮੇਲਾ ਕਰਾਉਣ ਜਾ ਰਹੇ ਮਹਾਰਾਜ ਸੱਚੇ ਪਾਤਸ਼ਾਹ, ਵਧੀਆ ਵਧੀਆ ਨਿਰਵਿਘਨਤਾ ਸਹਿਤ ਮੇਲਾ ਭੁਗਤਣੇ ਚਾਹੀਦਾ ਸੱਚੇ ਪਾਤਸ਼ਾਹ, ਕਿਰਪਾ ਕਰਨੀ। ਤੁਹਾਡੀ ਪਾਤਸ਼ਾਹ ਇਹਨਾਂ ਸੰਗਤਾਂ ਦੇ ਚਰਨਾਂ ਪਿੱਛੇ ਸਾਡੇ ਪਰਿਵਾਰ 'ਤੇ ਵੀ ਮੇਰ ਬਰਿਆਤ ਰੱਖੋ ਮਹਾਰਾਜ ਸੱਚੇ ਪਾਤਸ਼ਾਹ। ਆਦਾਂ ਵਿਆਦਾਂ ਉਪਾਦਾਂ ਦਾ ਨਾਸ ਕਰਨਾ। ਤੁਹਾਡੀ ਪਾਤਸ਼ਾਹ ਅਮਨਪ੍ਰੀਤ ਕੌਰ ਨੂੰ ਸੋਹਣਾ ਜਿਹਾ ਪਚੰਗੀ ਬਖਸ਼ੋ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਦਰਬਾਰ 'ਤੇ ਲੈ ਕੇ ਆਉਣਗੇ। ਗੁਰਦੀਪ ਸਿੰਘ ਦੇ ਸਿਰ 'ਤੇ ਮੇਰ ਬਰਿਆਤ ਰੱਖੋ। ਅਰਸ਼ਦੀਪ ਸਿੰਘ ਦੇ ਸਿਰ 'ਤੇ ਮੇਰ ਬਰਿਆਤ ਰੱਖੋ। ਸਾਰੇ ਸੰਸਾਰ ਸਾਰੇ ਪਰਿਵਾਰ 'ਤੇ ਮੇਰਾ ਬਰਿਆਤ ਰੱਖੋ। ਬਾਬਾ ਜੀ ਕਿਰਪਾ ਕਰੋ, ਤੁਹਾਡੇ ਘਰ 'ਚ ਕੋਈ ਘਾਟਾ ਨਹੀਂ। ਤੁਹਾਡੀ ਪਾਤਸ਼ਾਹ ਤੁਸੀਂ ਸਾਰੀਆਂ ਸੰਗਤਾਂ ਦੇ ਦੁੱਖ ਕੱਟਣ ਵਾਲੇ ਹੋ ਮਹਾਰਾਜ ਸੱਚੇ ਪਾਤਸ਼ਾਹ। ਤੁਹਾਡੀ ਪਾਤਸ਼ਾਹ ਇਹਨਾਂ ਖੁਸ਼ੀਆਂ ਵਿੱਚ ਪੰਚਮ ਰੂਪੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਹੈ, ਆਪ ਜੀ ਕੋ ਭੋਗ ਲੱਗੇ ਮਹਾਰਾਜ ਸੱਚੇ ਪਾਤਸ਼ਾਹ। ਤੁਹਾਡੀ ਪਾਤਸ਼ਾਹ ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਨੂੰ ਵਰਤਾਇਆ ਜਾਵੇ। ਤੁਹਾਡੀ ਪਾਤਸ਼ਾਹ ਦੁੱਧ ਦੇ ਗੱਫੇ ਹਾਜ਼ਰ, ਆਪ ਜੀ ਕੋ ਭੋਗ ਲੱਗੇ। ਬੀਬੀ ਭਾਨੀ ਬਾਬਾ ਨਾਰ ਸਿੰਘ ਜੀ ਕੋ ਭੋਗ ਲੱਗੇ। ਜੋ ਜੀ ਤੁਹਾਡੀ ਪਾਤਸ਼ਾਹ ਆਪ ਜੀ ਦਾ ਪ੍ਰਸ਼ਾਦ ਸਿੱਖੇ, ਸੋ ਨਾਮ ਜਪੇ, ਸੁੱਖ ਹੋਵੇ, ਨਾਮ ਜਿਤਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।